ਪੰਜਾਬ ਵਿੱਚ ਆਉਣ ਵਾਲੀ 14 ਫਰਵਰੀ ਨੂੰ ਨਗਰ ਕੌਂਸਲ ਚੋਣ ਹੋਣ ਜਾ ਰਹੀਆਂ ਹਨ, ਪਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਚੋਣਾਂ ਵਿੱਚ ਕੁਝ ਅਜਿਹਾ ਦੇਖਣ ਨੂੰ ਮਿਲਿਆ ਜਿੱਥੇ ਚੋਣ ਤੋਂ ਪਹਿਲਾਂ ਹੀ ਵਾਰਡ ਨੰਬਰ 4 ਦੇ ਉਮੀਦਵਾਰ ਹਰਪ੍ਰੀਤ ਸਿੰਘ ਨੂੰ ਬਿਨਾਂ ਚੋਣ ਲੜੇ ਹੀ MC ਚੁਣ ਲਿਆ ਗਿਆ। ਇਸ ਮੌਕੇ ਉਹਨਾਂ ਨੇ MC ਬਣਨ ਤੋਂ ਬਾਅਦ ਲੋਕਾਂ ਦਾ ਧੰਨਵਾਦ ਕੀਤਾ। ਬਹੁਤ ਵਧੀਆ ਲੱਗ ਰਿਹਾ, ਪਰਮਾਤਮਾ ਬੜੀ ਕਿਰਪਾ ਕੀਤੀ ਹੈ ਸਾਨੂੰ ਵੱਡਾ। ਮੈਂ ਮਹੱਲਾ ਵਾਸੀ ਹਾਂ, ਵਾਰਡ ਨੰਬਰ 4 ਦੇ ਨਿਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਸਾਥ ਹੈ ਵੀ ਮੇਰੇ ਘਰ ਸਾਡੇ ਵਾਰਡ 'ਚ ਕਰੋ 400-500 ਦੇ ਕਰੀਬ ਘਰ ਹੋਣਾ ਅਤੇ ਸਾਰਿਆਂ ਨੇ ਸਾਥ ਹੈ ਵੀ ਕਿੰਨੀ ਵੱਡੀ ਗੱਲ ਹੈ, ਪਰਮਾਤਮਾ ਨੇ ਮਿਹਰ ਰੱਖੀ ਹੈ ਵੀ ਇੱਕ ਬੰਦਾ ਵੀ ਕੋਈ ਇਹ ਨਹੀਂ ਆਇਆ ਵੀ ਮੇਰੇ ਵਧਾ ਕੇ ਖੜਾ ਹੋਵੇ। ਮੈਂ ਸਭ ਦਾ ਬਹੁਤ ਬਹੁਤ ਰਿਣੀ ਹਾਂ ਅਤੇ ਮੇਰੇ ਕੋਈ ਲਫ਼ਜ਼ ਨਹੀਂ ਹੈਗੇ, ਪਰਮਾਤਮਾ ਸਾਰਿਆਂ ਨੂੰ ਲੰਬੀ ਬਖਸ਼ੇ, ਉਮਰ ਬਖਸ਼ੇ ਅਤੇ ਪਰਮਾਤਮਾ ਐਂ ਮੇਰੇ 'ਤੇ ਮਿਹਰ ਰੱਖਿਆ ਹੈ। ਸ਼੍ਰੇਆ ਮੈਂ ਆਪਣੇ ਵਾਰਡ ਵਾਸੀਆਂ ਨੂੰ, ਮੇਰੇ ਆਪਣੀਆਂ ਭੈਣਾਂ ਨੂੰ, ਭਰਾਵਾਂ ਨੂੰ, ਨੌਜਵਾਨ ਵੀਰਾਂ ਨੂੰ ਅਤੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਸ਼੍ਰੇਆ ਦਿੰਦਾ। ਮੇਰੇ ਮਾਤਾਵਾਂ ਨੂੰ, ਬਜ਼ੁਰਗਾਂ ਸਮਾਨ ਸਾਰਿਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਫਤਿਹਗੜ੍ਹ ਸਾਹਿਬ ਤੋਂ ਜਗਮੀਤ ਸਿੰਘ ਦੀ ਰਿਪੋਰਟ।